सरकारी सीनियर सेकेंडरी स्कूल अंबाला जट्टा दे NSS वलंटियरों वल्लों कोरोना जागरूक अभियान दे तहत एक छोटी जिही कोशिश। ਵੀਰ ਜੀ ਤੁਹਾਨੂੰ ਪਤਾ ਨਹੀਂ ਕਿ ਕਰੋਨਾ ਦੀ ਬਿਮਾਰੀ ਚੱਲ ਰਹੀ ਆ, ਤੁਸੀਂ ਮਾਸਕ ਨੂੰ ਹੱਥ 'ਚ ਫੜ ਕੇ ਘੁੰਮ ਰਹੇ ਹੋ, ਇਸ ਨੂੰ ਤਾਂ ਮੂੰਹ ਤੇ ਲਗਾਉਣਾ ਚਾਹੀਦਾ। ਪੰਜਾਬ ਸਰਕਾਰ ਕਹਿੰਦੀ ਹੈ ਕਿ ਮਾਸਕ ਨੂੰ ਮੂੰਹ ਤੇ ਲਗਾਉਣਾ ਚਾਹੀਦਾ ਹੈ। ਕਿਉਂ ਮਾਸਕ ਲਗਾ ਕੇ ਕਿਤੇ ਕਰੋਨਾ ਵਾਇਰਸ ਦੀ ਬਿਮਾਰੀ ਹਟ ਜਾਂਦੀ ਆ? ਵੀਰ ਜੀ ਮਾਸਕ ਲਗਾਉਣ ਨਾਲ ਕਰੋਨਾ ਵਾਇਰਸ ਦੀ ਬਿਮਾਰੀ ਤਾਂ ਨਹੀਂ ਹਟਦੀ, ਪਰ ਇਸ ਦੇ ਬਚਾਅ ਦੇ ਤਰੀਕੇ ਤੁਹਾਨੂੰ ਮੈਂ ਦੱਸ ਸਕਦੀ ਹਾਂ। ਜਿਵੇਂ ਕਿ ਤੁਸੀਂ ਇਸ ਮਾਸਕ ਨੂੰ ਆਪਣੇ ਮੂੰਹ ਤੇ ਲਗਾਓਗੇ ਤਾਂ ਕਿਸੇ ਹੋਰ ਦੇ ਕੀਟਾਣੂ ਤੁਹਾਡੇ ਅੰਦਰ ਨਹੀਂ ਪ੍ਰਵੇਸ਼ ਕਰ ਸਕਦੇ ਤੇ ਕਿਸੇ ਹੋਰ ਦੇ ਕੀਟਾਣੂ ਤੁਹਾਡੇ ਅੰਦਰ ਨਹੀਂ ਪ੍ਰਵੇਸ਼ ਕਰ ਸਕਦੇ ਤੇ ਤੁਹਾਡੇ ਕੀਟਾਣੂ ਕਿਸੇ ਹੋਰ ਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੇ। ਇਸੇ ਲਈ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ। ਇਸ ਨਾਲ ਲੋਕਾਂ ਦਾ ਭਲਾ ਵੀ ਹੁੰਦਾ ਹੈ ਤੇ ਤੁਹਾਡਾ ਵੀ ਭਲਾ ਹੋ ਸਕਦਾ ਹੈ। ਜੇ ਮਾਸਕ ਲਗਾਉਣ ਨਾਲ ਲੋਕਾਂ ਦਾ ਭਲਾ ਹੁੰਦਾ ਹੈ ਤੇ ਮੈਂ ਇਹ ਮਾਸਕ ਜ਼ਰੂਰ ਲਗਾਉਣਾ। ਵੀਰ ਜੀ ਤੁਹਾਨੂੰ ਤਾਂ ਖਾਂਸੀ ਵੀ ਆ, ਵੀਰ ਜੀ ਤੁਹਾਨੂੰ ਤਾਂ ਤੁਰੰਤ ਟੈਸਟ ਕਰੋਨਾ ਵਾਇਰਸ ਦਾ ਕਰਾਉਣਾ ਚਾਹੀਦਾ ਆ। ਨਾ ਨਾ ਭੈਣ ਜੀ, ਪਿੰਡ ਵਿੱਚ ਲੋਕ ਕਹਿੰਦੇ ਆ ਕਿ ਜੇ ਡਾਕਟਰ ਆ ਉਹ ਲੋਕਾਂ ਦੀਆਂ ਕਿਡਨੀਆਂ ਕੱਢ ਕੇ ਲੋਕਾਂ ਨੂੰ ਮਾਰ ਦਿੰਦੇ ਹਨ ਤੇ ਅੱਤੇ ਉਹਨਾਂ ਦੇ ਟੀਕੇ ਲਗਾ ਕੇ ਉਹਨਾਂ ਨੂੰ ਮਾਰ ਦਿੰਦੇ ਆ ਤੇ ਉਹਨਾਂ ਦੇ ਘਰਦਿਆਂ ਨੂੰ ਕਹਿੰਦੇ ਹਨ ਕਿ ਇਹ ਕਰੋਨਾ ਵਾਇਰਸ ਨਾਲ ਮਰ ਗਿਆ। ਪੰਜਾਬ ਸਰਕਾਰ ਤਾਂ ਵੀਰ ਜੀ ਡਾਕਟਰਾਂ ਦੀ ਮਦਦ ਕਰ ਰਹੀ ਆ। ਉਹ ਡਾਕਟਰ ਕਿਵੇਂ ਲੋਕਾਂ ਦੀਆਂ ਕਿਡਨੀਆਂ ਕੱਢ ਸਕਦੇ ਹਨ? ਡਾਕਟਰ ਤਾਂ ਲੋਕਾਂ ਦਾ ਭਲਾ ਕਰਨ ਲਈ ਹੀ ਹਨ, ਉਹ ਲੋਕਾਂ ਦਾ ਭਲਾ ਕਰਕੇ ਹੀ ਟ੍ਰੀਟਮੈਂਟ ਕਰਦੇ ਹਨ। ਸਾਨੂੰ ਆਪਣਾ ਇਲਾਜ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹੈ। ਜੇ ਡਾਕਟਰ ਲੋਕਾਂ ਦਾ ਭਲਾ ਕਰਦੇ ਹਨ ਤਾਂ ਮੈਂ ਆਪਣਾ ਟੈਸਟ ਜ਼ਰੂਰ ਕਰਾਵਾਂਗੇ ਤੇ ਅਤੇ ਆਪਣੀ ਆਂਢ ਗੁਆਂਢ ਨੂੰ ਵੀ ਇਸ ਟੈਸਟ ਬਾਰੇ ਸੁਚੇਤ ਕਰਾਂਗੇ।